ਪਰਮ ਸਨਮਾਨ ਯੋਗ ਜੁਗੋ ਜੁਗ ਅਟਲ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਪਵਿੱਤਰ ਗੋਦ ਦਾ ਆਨੰਦ ਮਾਣ ਰਹੀ ਸਾਧ ਸੰਗਤ ਜੀਓ। ਅੱਜ ਸੰਗਤਾਂ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਬਾਬਾ ਦੀਪ ਸਿੰਘ ਜੀ ਦਾ ਜਨਮ ਦਿਹਾੜਾ ਮਨਾ ਰਹੀਆਂ ਨੇ। ਆਓ ਜਿਹਨੇ ਇੱਥੇ ਬੈਠੇ ਹੋ ਜਾਂ ਘਰਾਂ 'ਚ ਬੈਠ ਕੇ ਵੇਖ ਰਹੇ ਹੋ, ਦੋਵੇਂ ਹੱਥ ਜੋੜ ਲਓ ਜੀ। ਸਤਿਗੁਰੂ ਜੀ ਵੱਲੋਂ ਬੁਲੰਦ ਕੀਤੀ ਫਤਿਹ ਬੁਲਾਓ, ਅਦਬ ਸਤਿਕਾਰ ਚੱਕੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਓ ਸਭ ਤੋਂ ਪਹਿਲਾਂ ਬਾਬਾ ਜੀ ਦੇ ਪਿਆਰ ਦੇ ਵਿੱਚ ਇਹ ਗੁਰਬਾਣੀ ਦੀ ਪੰਕਤੀ ਪੜ੍ਹੀਏ। ਕਰ ਸੰਤਨ ਕੀ ਧੂਰੇ ਮੋਕੋ, ਕਰ ਸੰਤਨ ਕੀ ਧੂਰੇ, ਕਰ ਸੰਤਨ ਕੀ ਧੂਰੇ ਮੋਕੋ, ਕਰ ਸੰਤਨ ਕੀ ਧੂਰੇ, 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 ਕਰ ਸੰਤਨ ਕੀ ਧੂਰੇ ਮੋਕੋ, ਕਰ ਸੰਤਨ ਕੀ ਧੂਰੇ, ਕਰ ਸੰਤਨ ਕੀ ਧੂਰੇ ਮੋਕੋ, ਕਰ ਸੰਤਨ ਕੀ ਧੂਰੇ, ਕਰ ਸੰਤਨ ਕੀ ਧੂਰੇ ਮੋਕੋ, ਕਰ ਸੰਤਨ ਕੀ ਧੂਰੇ, ਕਰ ਸੰਤਨ ਕੀ ਧੂਰੇ ਮੋਕੋ, ਕਰ ਸੰਤਨ ਕੀ ਧੂਰੇ। ਅੰਤਰਜਾਮੀ ਪੁਰਖ ਬਿਦਾਤੇ, ਅੰਤਰਜਾਮੀ ਪੁਰਖ ਬਿਦਾਤੇ, ਅੰਤਰਜਾਮੀ ਪੁਰਖ ਬਿਦਾਤੇ, ਅੰਤਰਜਾਮੀ ਪੁਰਖ ਬਿਦਾਤੇ, ਸ਼ਰਧਾ ਮਨ ਕੀ ਪੂਰੇ, ਸ਼ਰਧਾ ਮਨ ਕੀ ਪੂਰੇ, ਸ਼ਰਧਾ ਮਨ ਕੀ ਪੂਰੇ, ਸ਼ਰਧਾ ਮਨ ਕੀ ਪੂਰੇ, ਨਾਨਕ ਦਾਸ ਹੈ ਸੁਖ ਮੰਗੇ, ਨਾਨਕ ਦਾਸ ਹੈ ਸੁਖ ਮੰਗੇ, ਨਾਨਕ ਦਾਸ ਹੈ ਸੁਖ ਮੰਗੇ, ਨਾਨਕ ਦਾਸ ਹੈ ਸੁਖ ਮੰਗੇ। ਮੁਕ ਕਰ ਸੰਤਨ ਕੀ ਧੂਰੇ, ਕਰ ਸੰਤਨ ਕੀ ਧੂਰੇ, ਕਰ ਸੰਤਨ ਕੀ ਧੂਰੇ ਮੋਕੋ, ਕਰ ਸੰਤਨ ਕੀ ਧੂਰੇ। ਸਿੰਘ ਜੀ ਧੰਨ ਧੰਨ ਬਾਬਾ ਦੀਪ ਸਿੰਘ ਜੀ, ਧੰਨ ਧੰਨ ਬਾਬਾ ਦੀਪ ਸਿੰਘ ਜੀ, ਧੰਨ ਧੰਨ ਬਾਬਾ ਦੀਪ ਸਿੰਘ ਜੀ, ਧੰਨ ਬਾਬਾ ਦੀਪ ਸਿੰਘ ਜੀ, ਧੰਨ 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 ਧੰਨ ਬਾਬਾ ਦੀਪ ਸਿੰਘ ਜੀ,
ਧੰਨ ਧੰਨ ਬਾਬਾ ਦੀਪ ਸਿੰਘ ਜੀ ਰੇ ਧੰਨ ਧੰਨ ਬਾਬਾ ਦੀਪ ਸਿੰਘ ਜੀ ਧੰਨ ਧੰਨ ਬਾਬਾ ਦੀਪ ਸਿੰਘ ਜੀ ਧੰਨ ਬਾਬਾ ਦੀ ਧੰਨ ਬਾਬਾ ਦੀਪ ਸਿੰਘ ਜੀ ਸਾਰੀ ਸੰਗਤ ਤੇ ਕਿਰਪਾ ਕਰਦੇ ਹੋ ਬਾਬਾ ਦੀਪ ਸਿੰਘ ਜੀ ਧੰਨ ਧੰਨ ਬਾਬਾ ਦੀਪ ਸਿੰਘ ਜੀ ਧੰਨ ਧੰਨ ਬਾਬਾ ਦੀਪ ਸਿੰਘ ਜੀ ਧੰਨ ਬਾਬਾ ਦੀਪ ਸਿੰਘ ਜੀ ਧੰਨ ਧੰਨ ਬਾਬਾ ਦੀਪ ਸਿੰਘ ਜੀ ਅੰਤਰਜਾਮੀ ਪੁਰਖ ਵਧਾਤੇ ਸ਼ਰਧਾ ਮਨ ਕੀ ਪੂਰੇ ਨਾਨਕ ਦਾਸ ਇਹ ਸੁਖ ਮੰਗੇ ਮੋਕੋ ਕਰ ਸੰਤਨ ਕੀ ਮੋਕੋ ਕਰ ਸੰਤਨ ਕੀ ਕਿਹੋ ਜਿਹੇ ਸੰਤਾਂ ਮਹਾਂਪੁਰਖਾਂ ਦੀ ਆਖੋ ਧੰਨ ਧੰਨ ਬਾਬਾ ਫਿਰ ਆਖੋ ਜੀ ਧੰਨ ਧੰਨ ਬਾਬਾ ਭਾਗਾਂ ਵਾਲਿਓ ਤਕਰੀਬਨ 17-18 ਸਾਲ ਦੁਨਿਆਵੀ ਉਮਰ ਦੀ ਹੈ ਬਾਬਾ ਜੀ ਦੀ ਪਰਿਵਾਰ ਸਮੇਤ ਅਨੰਦਪੁਰ ਸਾਹਿਬ ਦੀ ਪਵਿੱਤਰ ਧਰਤੀ ਤੇ ਪਹੁ ਵਿੰਡ ਤੋਂ ਬਾਬਾ ਦੀਪ ਸਿੰਘ ਜੀ ਪਹੁੰਚਦੇ ਨੇ ਜਿਵੇਂ ਅੱਜ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੈ ਮੇਰੇ ਬਾਜਾਂ ਵਾਲੇ ਪ੍ਰੀਤਮ ਸਿੰਘਾਸਨ 'ਤੇ ਬੈਠੇ ਨੇ ਸੰਗਤਾਂ ਆ ਕੇ ਨਮਸਕਾਰ ਕਰ ਰਹੀਆਂ ਨੇ ਸੁਰਤੀ ਨਾਲ ਦਿਦਾਰੇ ਕਰਿਓ ਜਿੱਥੇ ਮਾਤਾ ਪਿਤਾ ਜੀ ਨੇ ਮੇਰੇ ਬਾਜਾਂ ਵਾਲੇ ਪ੍ਰੀਤਮ ਦੇ ਚਰਨਾਂ 'ਚ ਨਮਸਕਾਰ ਕੀਤੀ ਹੁਣ ਬਾਬਾ ਦੀਪ ਸਿੰਘ ਜੀ ਨੇ ਵੀ ਨਾਮ ਅਜੇ ਦੀਪ ਹੈ ਗੁਰਮੁਖੋ ਲਾੜਨਾ ਮਾਤਾ ਪਿਤਾ ਦੀਪਾ ਦੀਪ ਆਖਦੇ ਨੇ ਅੱਜ ਬਾਬਾ ਜੀ ਨੇ ਜਦੋਂ ਸਤਿਗੁਰ ਦੇ ਚਰਨਾਂ ਦੇ ਵਿੱਚ ਨਮਸਕਾਰ ਕੀਤੀ ਨਾ ਮੇਰੇ ਕਲਗੀਧਰ ਪ੍ਰੀਤਮ ਚੋਜੀ ਪ੍ਰੀਤਮ ਮੇਰੇ ਬਾਜਾਂ ਵਾਲੇ ਪ੍ਰੀਤਮ ਬਾਬਾ ਦੀਪ ਸਿੰਘ ਜੀ ਵੱਲ ਵੇਖ ਕੇ ਨਾ ਥੋੜ੍ਹਾ ਮੁਸਕਰਾ ਪਏ ਅਤੇ ਬੜੇ ਪਿਆਰ ਦੇ ਵਿੱਚ ਸਤਿਗੁਰ ਜੀ ਆਖਣ ਲੱਗੇ ਪੁੱਤਰ ਤੇਰਾ ਨਾਮ ਕੀ ਹੈ ਅੱਗੋਂ ਬਾਬਾ ਜੀ ਨੇ ਦੋਵੇਂ ਹੱਥ ਜੋੜਦੇ ਆਖਿਆ ਗਰੀਬ ਨੂੰ ਆਏ ਸਤਿਗੁਰ ਜੀ ਮਾਤਾ ਪਿਤਾ ਨਾਮ ਰੱਖਿਆ ਦੀਪ ਅਤੇ ਲਾੜ ਦੇ ਨਾਲ ਮੈਨੂੰ ਦੀਪਾ ਦੀਪਾ ਬੁਲਾਉਂਦੇ ਨੇ ਅਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਪਤਾ ਕੀ ਕਹਿੰਦੇ ਕਹਿੰਦੇ ਦੀਪ ਪੁੱਤਰ ਤੈਨੂੰ ਪਤਾ ਦੀਪ ਦਾ ਕੰਮ ਕੀ ਹੁੰਦਾ ਹੈ ਸਤਿਗੁਰੂ ਜੀ ਮੈਨੂੰ ਇੰਨਾ ਕੁ ਪਤਾ ਹੈ ਦੀਪ ਦਾ ਕੰਮ ਹੁੰਦਾ ਹੈ ਚਾਨਣ ਵੰਡਣਾ ਰੋਸ਼ਨੀ ਕਰਨਾ ਉਜਾਲਾ ਕਰਨਾ ਅਤੇ ਪੁੱਤਰ ਫਿਰ ਤੇਰਾ ਕੀ ਖਿਆਲ ਹੈ ਸਤਿਗੁਰੂ ਬੇਨਤੀ ਹੈ ਤੁਹਾਡੇ ਚਰਨਾਂ ਦੇ ਵਿੱਚ ਦੀਪ ਉਹ ਚਾਨਣ ਕਰ ਸਕਦਾ ਹੈ ਦੀਪ ਉਹ ਰੋਸ਼ਨੀ ਕਰ ਸਕਦਾ ਜਿਹੜਾ ਆਪ ਜਗਦਾ ਹੋਵੇ ਤੇ ਸਤਿਗੁਰੂ ਜੀ ਕਹਿੰਦੇ ਫਿਰ ਤੇਰਾ ਕੀ ਖਿਆਲ ਹੈ ਸਤਿਗੁਰੂ ਕਿਰਪਾ ਕਰੋ ਫਿਰ ਜਗਾ ਦਿਓ ਤੇ ਉਸ ਵੇਲੇ ਗੁਰੂ ਗੋਬਿੰਦ ਸਿੰਘ ਮਹਾਰਾਜ ਆਖਣ ਲੱਗੇ ਹੁਣ ਗੁਰੂ ਘਰ ਦੀ ਇੱਕ ਮਰਿਆਦਾ ਹੈ ਸਤਿਗੁਰੂ ਕਿਹੜੀ ਕਹਿੰਦੇ ਪੀਵ ਹੋ ਪਹੁਲ ਖੰਡੇ ਧਾਰ ਹੋਏ ਜਨਮ ਸੁਹੇਲਾ ਵਾਹੋ ਵਾਹੋ ਗੋਬਿੰਦ ਸਿੰਘ ਆਪੇ ਗੁਰ ਚੇਲਾ ਪੜੋ ਵਾਹੋ ਵਾਹੋ ਗੋਬਿੰਦ ਸਿੰਘ ਆਪੇ ਗੁਰ ਚੇਲਾ
ਸਤਿਗੁਰੂ ਜੀ ਆਖਣ ਲੱਗੇ ਖੰਡੇ ਬਾਟੇ ਦਾ ਅੰਮ੍ਰਿਤ ਛਕੋ। ਫਿਰ ਸਤਿਗੁਰੂ ਦਾ ਹੁਕਮ ਮੰਨ ਕੇ ਪਰਿਵਾਰ ਸਮੇਤ ਬਾਬਾ ਜੀ ਨੇ ਅਨੰਦਪੁਰ ਸਾਹਿਬ ਦੀ ਪਵਿੱਤਰ ਧਰਤੀ ਤੋਂ ਸਤਿਗੁਰ ਦੇ ਮੁਬਾਰਕ ਹੱਥਾਂ ਤੋਂ, ਉਸ ਵੇਲੇ ਸਤਿਗੁਰੂ ਆਪ ਪੰਜਾਂ ਪਿਆਰਿਆਂ 'ਚ ਸ਼ਾਮਲ ਨੇ, ਬਾਬਾ ਜੀ ਨੇ ਪਰਿਵਾਰ ਸਮੇਤ ਅੰਮ੍ਰਿਤ ਛਕਿਆ। ਇੱਧਰ ਨਾਮ ਬਣ ਗਿਆ ਹੁਣ ਦੀਪ ਤੋਂ ਭਾਈ ਦੀਪ ਸਿੰਘ, ਦੂਸਰੇ ਪਾਸੇ ਭਾਈ ਭਗਤ ਸਿੰਘ, ਮਾਤਾ ਪਿਤਾ ਦਾ ਨਾਮ, ਮਾਤਾ ਦਾ ਨਾਮ ਮਾਤਾ ਜਿਉਣ ਕੌਰ, ਭਾਗਾਂ ਵਾਲਿਓ। ਹੁਣ ਸਤਿਗੁਰ ਦੇ ਚਰਨਾਂ 'ਚ ਰਹਿ ਕੇ ਸੇਵਾ ਨਿਭਾਉਂਦੇ ਨੇ ਬਾਬਾ ਦੀਪ ਸਿੰਘ ਜੀ। ਮਾਤਾ ਪਿਤਾ ਕੁਝ ਸਮੇਂ ਬਾਅਦ ਵਾਪਸ ਆ ਗਏ ਤੇ ਬਾਬਾ ਦੀਪ ਸਿੰਘ ਜੀ ਅਨੰਦਪੁਰ ਸਾਹਿਬ ਦੀ ਧਰਤੀ 'ਤੇ ਨੇ, ਸਤਿਗੁਰ ਦੇ ਚਰਨਾਂ ਦੇ 'ਚ ਰਹਿ ਕੇ ਗੁਰਮੁਖਾਂ ਦੀ ਸੰਗਤ ਕਰ ਰਹੇ ਨੇ, ਭਾਈ ਮਨੀ ਸਿੰਘ ਵਰਗੇ ਗੁਰਸਿੱਖਾਂ ਦੀ, ਰੰਗੜਤਰਿਆਂ ਦੀ, ਭਾਈ ਬੱਜਰ ਜੀ ਵਰਗਿਆਂ ਦੀ, ਜੋ ਪੰਜ ਪਿਆਰੇ ਸਾਹਿਬਾਨ ਨੇ, ਭਾਈ ਦਇਆ ਸਿੰਘ, ਭਾਈ ਧਰਮ ਸਿੰਘ, ਭਾਈ ਹਿੰਮਤ ਸਿੰਘ, ਭਾਈ ਮੋਹਕਮ ਸਿੰਘ, ਭਾਈ ਸਾਹਿਬ ਸਿੰਘ, ਇਹਨਾਂ ਦੀ ਸੰਗਤ ਪਏ ਕਰਦੇ ਨੇ ਬਾਬਾ ਦੀਪ ਸਿੰਘ ਜੀ। ਹੁਣ ਜਿਉਂ ਜਿਉਂ ਗੁਰਮੁਖਾਂ ਦੀ ਸੰਗਤ ਕਰਦੇ ਨੇ, ਰੰਗ ਲੱਗ ਰਿਹਾ ਹੈ ਗੁਰਮੁਖੋਂ, ਅੱਜ ਉਹ ਬਖਸ਼ਿਸ਼ ਹੋ ਰਹੀ ਹੈ। ਨਾਮ ਦੇ ਅਭਿਆਸੀ ਬਣ ਕੇ ਬਾਬਾ ਦੀਪ ਸਿੰਘ ਜੀ ਹੁਣ ਸ਼ਸਤਰ ਵਿੱਦਿਆ ਵੀ ਸਿੱਖ ਰਹੇ ਨੇ, ਸ਼ਾਸਤਰ ਵੀ ਸਿੱਖ ਰਹੇ ਨੇ ਗੁਰਮੁਖੋਂ। ਸਤਿਗੁਰ ਨੇ ਸ਼ਸਤਰ ਤੇ ਸ਼ਾਸਤਰ ਦਾ ਸੁਮੇਲ ਕਰਤਾ, ਪਾਪ ਭਗਤੀ ਤੇ ਸ਼ਕਤੀ ਦਾ ਸੁਮੇਲ ਕਰ ਦਿੱਤਾ, ਗੁਰਮੁਖਾਂ ਦੀ ਸੰਗਤ ਕਰ ਰਹੇ ਨੇ ਤੇ ਬਖਸ਼ਿਸ਼ ਪਤਾ ਕੀ ਹੋ ਰਹੀ ਹੈ। ਗੰਗਾ ਕੇ ਸੰਗ ਸਲਤਾ ਬਿਗੜੀ, ਸੋ ਸਲਤਾ ਗੰਗਾ ਹੋਏ ਨਿਬਰੀ। ਕਹਿੰਦੇ ਆਮ ਨਦੀ ਸਲਤਾ ਨੂੰ ਗੰਗਾ ਦੀ ਸੰਗਤ ਹੋਈ ਨਾ, ਉਹ ਵੀ ਗੰਗਾ ਦਾ ਰੂਪ ਬਣ ਗਈ। ਗੰਗਾ ਕੇ ਸੰਗ ਸਲਤਾ ਬਿਗੜੀ, ਸੋ ਸਲਤਾ ਗੰਗਾ ਹੋਏ ਨਿਬਰੀ। ਬਿਗੜਿਓ ਕਬੀਰਾ ਰਾਮ ਦੁਹਾਈ, ਸਾਚ ਪਇਓ ਅਨਕਤੇ ਨਾ ਜਾਈ। ਚੰਦਨ ਕੈ ਸੰਗ ਤਰਵਰ ਬਿਗੜਿਓ, ਸੋ ਤਰਵਰ ਚੰਦਨ ਹੋਏ ਨਿਬਰਿਓ। ਕਹਿੰਦੇ ਆਮ ਬੂਟਾ ਹੁੰਦਾ ਤਰਵਰ ਦਾ, ਉਹਨੂੰ ਵੀ ਚੰਦਨ ਦੀ ਸੰਗਤ ਹੋਈ ਤੇ ਉਹਦੇ ਵਿੱਚੋਂ ਚੰਦਨ ਵਰਗੀ ਸੁਗੰਧੀ ਆਉਣੀ ਸ਼ੁਰੂ ਹੋ ਗਈ। ਅੱਗੇ ਭਗਤ ਕਬੀਰ ਜੀ ਕਹਿੰਦੇ ਪਾਰਸ ਕੇ ਸੰਗ ਤਾਂਬਾ ਬਿਗੜਿਓ, ਸੋ ਤਾਂਬਾ ਕੰਚਨ ਹੋਏ ਨਿਬਰਿਓ। ਕਹਿੰਦੇ ਤਾਂਬੇ ਨੂੰ ਪਾਰਸ ਦੀ ਸੰਗਤ ਹੋ ਗਈ ਤੇ ਉਹ ਵੀ ਕੰਚਨ ਸੋਨਾ ਬਣ ਗਿਆ। ਵੇਖੋ ਸੰਗਤ ਦਾ ਅਸਰ, ਪਾਰਸ ਕੇ ਸੰਗ ਤਾਂਬਾ ਬਿਗੜਿਓ, ਸੋ ਤਾਂਬਾ ਕੰਚਨ ਹੋਏ ਨਿਬਰਿਓ। ਅੱਗੇ ਭਗਤ ਕਬੀਰ ਜੀ ਕੀ ਕਹਿੰਦੇ, ਸੰਤਨ ਸੰਗ ਕਬੀਰਾ ਬਿਗੜਿਓ, ਸੋ ਕਬੀਰ ਰਾਮੇ ਹੋਏ ਨਿਬਰਿਓ। ਕਹਿੰਦੇ ਕਬੀਰ ਵੀ ਰਾਮ ਦਾ ਰੂਪ ਬਣ ਗਿਆ। ਅੱਜ ਬਾਬਾ ਦੀਪ ਸਿੰਘ ਗੁਰਮੁਖਾਂ ਦੀ ਸੰਗਤ ਕਰਕੇ, ਰੰਗ ਰਤਨਿਆਂ ਦੀ ਸੰਗਤ ਕਰਕੇ ਪਰਮੇਸ਼ਰ ਦਾ ਰੂਪ ਬਣ ਗਏ ਬਾਬਾ। ਬੋਲੇ ਅੱਜ ਬਾਬਾ ਦੀਪ ਸਿੰਘ ਗੁਰਮੁਖੋਂ ਆਪ ਪਰਮੇਸ਼ਰ ਦੇ ਰੂਪ ਬਣ ਗਏ। ਕਿਵੇਂ? ਗੁਰਬਾਣੀ ਪੜੋ, ਬ੍ਰਹਮ ਗਿਆਨੀ ਅਨਾਥ ਕਾ ਨਾਥ, ਬ੍ਰਹਮ ਗਿਆਨੀ ਕਾ ਸਭ ਉੱਪਰ ਹਾਥ, ਬ੍ਰਹਮ ਗਿਆਨੀ ਕਾ ਸਗਲ ਆਕਾਰ, ਬ੍ਰਹਮ ਗਿਆਨੀ ਆਪ ਨਿਰੰਕਾਰ। ਬੋਲੋ, ਬ੍ਰਹਮ ਗਿਆਨੀ ਆਪ ਨਿਰੰਕਾਰ। ਭਗਤੀ ਇੰਨੀ ਕੀਤੀ, ਬੰਦਗੀ ਇੰਨੀ ਕੀਤੀ, ਸਤਿਗੁਰ ਦੀਆਂ ਖੁਸ਼ੀਆਂ ਇੰਨੀਆਂ ਰਹੀਆਂ, ਸਤਿਗੁਰ ਦਾ ਹੁਕਮ ਇੰਨਾ ਮੰਨਿਆ ਗੁਰਮੁਖੋ। ਸਾਡਾ ਇਤਿਹਾਸ ਕਹਿੰਦਾ ਬਾਬਾ ਦੀਪ ਸਿੰਘ ਜੀ
ਰੋਜ਼ਾਨਾ ਨਿਤਨੇਮ ਤੋਂ ਇਲਾਵਾ 101 ਪਾਰ ਜਪਜੀ ਸਾਹਿਬ ਦਾ ਕਰਦੇ ਸਨ। ਰੋਮ ਰੋਮ ਗੁਰਮੁਖੋ ਬਾਬਾ ਜੀ ਜਪਦੇ, ਰੋਮ ਰੋਮ ਗੁਰਮੁਖ, ਰੋਮ ਰੋਮ ਹਰ ਧਿਆਵੇ, ਉਹ ਅਵਸਥਾ ਦੇ ਮਾਲਕ ਸਨ ਬਾਬਾ ਦੀਪ ਸਿੰਘ ਜੀ। ਐਡੇ ਦਿਆਲੂ ਬਾਬਾ ਦੀਪ ਸਿੰਘ ਜੀ ਜਦੋਂ ਵੀ ਗੁਰਮੁਖੋ ਬਾਬਾ ਜੀ ਦੇ ਸ਼ਰਨ ਵਿੱਚ ਆਉਂਦੇ ਹੋ ਨਾ, ਹਰ ਐਤਵਾਰ ਇੱਥੇ ਆਉਂਦੇ ਹੋ ਜਾਂ ਬਾਬਾ ਜਿੱਥੇ ਵੀ ਬਾਬਾ ਜੀ ਦੇ ਸਥਾਨ ਤੇ ਜਾਂਦੇ ਹੋ, ਵੱਡੀ ਭਾਵਨਾ ਰੱਖਣੀ ਹੈ ਕਿ ਬਾਬਾ ਦੀਪ ਸਿੰਘ ਜੀ ਮੇਰੀ ਝੋਲੀ ਤਾਂ ਤੁਸੀਂ ਭਰਨੀ ਹੀ ਭਰਨੀ ਹੈ, ਬਾਬਾ ਦੀਪ ਸਿੰਘ ਜੀ ਮੇਰੀ ਝੋਲੀ ਤਾਂ ਤੁਸੀਂ ਭਰਨੀ ਹੀ ਭਰਨੀ ਹੈ, ਜੇ ਤੁਹਾਡੀ ਮੌਜ ਹੋਈ, ਜੇ ਤੁਹਾਡਾ ਤਰਸ ਹੋ ਗਿਆ ਨਾ, ਤੁਸੀਂ ਮੈਨੂੰ ਵੀ ਝੋਲੀਆਂ ਭਰਨ ਵਾਲਾ ਬਣਾ ਸਕਦੇ ਹੋ। ਬਾਬਾ ਦੀਪ ਸਿੰਘ ਜੀ ਮੇਰੀ ਝੋਲੀ ਤੁਸੀਂ ਭਰਨੀ ਹੀ ਭਰਨੀ ਹੈ, ਜੇ ਤੁਹਾਡਾ ਕਿਤੇ ਤਰਸ ਹੋ ਗਿਆ ਨਾ, ਤੁਸੀਂ ਮੈਨੂੰ ਵੀ ਹੋਰਨਾਂ ਦੀ ਝੋਲੀਆਂ ਭਰਨ ਵਾਲਾ ਬਣਾ ਸਕਦੇ ਹੋ। ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ। ਸਤਸੰਗੀਓ, ਹੁਣ ਬਾਬਾ ਜੀ ਜਿੱਥੇ ਹੋਰ ਸੇਵਾਵਾਂ ਨਿਭਾ ਰਹੇ ਨੇ ਉੱਥੇ ਨਾਲ ਨਾਲ ਲੰਗਰਾਂ ਦੀ ਸੇਵਾ ਵੀ ਕਰਦੇ ਨੇ। ਸੇਵਾ ਕੀ ਕਰਨੀ? ਬਾਬਾ ਦੀਪ ਸਿੰਘ ਜੀ ਨੇ ਲੰਗਰ ਬਣਾਉਣ ਦੀ ਸੇਵਾ ਕਰਨੀ, ਉਸ ਤੋਂ ਬਾਅਦ ਲੰਗਰ ਵਰਤਾਉਣ ਦੀ ਸੇਵਾ ਕਰਨੀ, ਉਸ ਤੋਂ ਬਾਅਦ ਤੁਹਾਡੀ ਹੋਰ ਸ਼ਰਧਾ ਬਣੇਗੀ ਬਾਬਾ ਜੀ ਦੇ ਚਰਨਾਂ 'ਤੇ, ਬਾਬਾ ਜੀ ਨਾਲ ਤੁਹਾਡਾ ਹੋਰ ਪਿਆਰ ਵਧੇਗਾ। ਬਾਬਾ ਜੀ ਨੇ ਫਿਰ ਸੰਗਤਾਂ ਨੇ ਜੂਠੇ ਭਾਂਡੇ ਵੀ ਆਪ ਮੰਜਣੇ। ਆਖੋ ਧੰਨ ਬਾਬਾ ਦੀਪ ਸਿੰਘ ਜੀ, ਫਿਰ ਆਖੋ ਧੰਨ ਬਾਬਾ ਦੀਪ ਸਿੰਘ ਜੀ। ਹੱਥੀ ਬਾਬਾ ਜੀ ਨੇ ਸੰਗਤਾਂ ਦੇ ਭਾਂਡੇ ਮੰਜਣੇ, ਵੇਖੋ ਅਵਸਥਾ ਕਿੱਥੇ ਹੈ। ਰੋਮ ਰੋਮ ਜਪਦੇ ਨੇ ਪਰ ਸੰਗਤ ਦੀ ਸੇਵਾ ਵੀ ਨਾਲ ਨਾਲ ਕਰ ਰਹੇ ਨੇ। ਅੱਜ ਬਾਬਾ ਜੀ ਦਾ ਦਿਹਾੜਾ ਮਨਾ ਰਹੇ ਹੋ, ਆਪਣੇ ਮਨ ਨੂੰ ਸਮਝਾਉਣਾ ਮਨਾ, ਜਿੱਥੇ ਮਰਜ਼ੀ ਪਹੁੰਚ ਜਾ, ਜਿਸ ਮੁਕਾਮ ਤੇ ਮਰਜ਼ੀ ਪਹੁੰਚ ਜਾ, ਪਰ ਸੰਗਤਾਂ ਦੀ ਸੇਵਾ ਕਰਨੀ ਕਦੀ ਨਹੀਂ ਛੱਡਣੀ। ਸਾਡੇ ਬਾਬਾ ਜੀ ਆਪ ਸੰਗਤਾਂ ਦੀ ਸੇਵਾ ਕਰਦੇ ਰਹੇ ਨੇ। ਭਾਗਾਂ ਵਾਲਿਓ, ਜਿਵੇਂ ਵੀ ਹੋਵੇ ਸੰਗਤਾਂ ਦੀ ਖੁਸ਼ੀ ਲਿਆ ਕਰੋ, ਸੰਗਤ ਦੀ ਸੇਵਾ ਕਰਿਆ ਕਰੋ। ਹੁਣ ਬਾਬਾ ਜੀ ਭਾਂਡਿਆਂ ਦੀ ਸੇਵਾ ਕਰਦੇ ਨੇ, ਬਰਤਨ ਮਾਂਜਦੇ ਨੇ, ਨਾਲ ਨਾਲ ਵਾਹਿਗੁਰੂ ਵਾਹਿਗੁਰੂ ਜਪਦੇ ਨੇ। ਅੱਜ ਬਾਬਾ ਜੀ ਨੇ ਬਰਤਨਾਂ ਦੀ ਸੇਵਾ ਕਰ ਰਹੇ ਨੇ, ਧੰਨ ਬਾਬਾ ਦੀਪ ਸਿੰਘ ਜੀ। ਤੇ ਬਰਤਨਾਂ ਦੀ ਸੇਵਾ ਕਰਦਿਆਂ ਕਰਦਿਆਂ ਨਾ ਇੱਕ ਵੱਡਾ ਸਾਰਾ ਬਾਟਾ ਬਾਬਾ ਜੀ ਦੇ ਹੱਥ ਆ ਗਿਆ। ਹੁਣ ਬਾਬਾ ਜੀ ਉਹ ਬਾਟੇ ਨੂੰ ਮਾਂਜੀ ਜਾ ਰਹੇ ਨੇ ਤੇ ਨਾਲ ਨਾਲ ਜਪਦੇ ਪਏ ਨੇ, ਵਾਹਿਗੁਰੂ 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 ਵਾਹਿਗੁਰੂ। ਬਾਬਾ ਜੀ ਬਰਤਨਾਂ ਦੀ ਸੇਵਾ ਕਰਦੇ ਨਾਲ ਨਾਲ ਵਾਹਿਗੁਰੂ ਗੁਰੂ ਮੰਤਰ ਦਾ ਅਭਿਆਸ ਕਰਦੇ ਨੇ। ਇੱਥੋਂ ਵੀ ਬੜੀ ਵੱਡੀ ਸਿੱਖਿਆ ਮਿਲਦੀ ਹੈ, ਸਿੱਖਾ ਜਦੋਂ ਵੀ ਗੁਰੂ ਘਰ ਸੇਵਾ ਕਰਦੀ ਹੈ ਨਾਲ ਨਾਲ ਜਪਣਾ ਹੈ ਵਾਹਿਗੁਰੂ ਵਾਹਿਗੁਰੂ, ਗੱਲਾਂ ਨਹੀਂ ਕਰਦੀਆਂ। ਹੁਣ ਕਈ ਸਥਾਨਾਂ 'ਤੇ ਲਿਖੇ ਹੁੰਦੇ ਨਾ, ਕਿਰਪਾ ਕਰਕੇ ਸੇਵਾ ਕਰਦਿਆਂ ਗੱਲਾਂ ਨਾ ਕਰੋ ਜੀ, ਲਿਖਣ ਦੀ ਲੋੜ ਹੀ ਨਾ ਪਵੇ। ਜਦੋਂ ਵੀ ਗੁਰੂ ਘਰ ਸੇਵਾ ਕਰਨੀ ਹੈ ਜਾਂ ਗੁਰੂ ਘਰ ਆਉਣਾ ਹੈ ਜਾਂ ਸੰਗਤ ਬੈਠਣਾ ਹੈ, ਅੰਦਰ ਚੱਲੇ ਨਾਲ ਨਾਲ ਵਾਹਿਗੁਰੂ 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 ਵਾਹਿ, ਸੰਗਤ ਜੀ ਜਪੋ ਵਾਹਿਗੁਰੂ 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 ਵਾਹਿਗੁਰੂ। ਅੱਜ ਬਾਬਾ ਜੀ
ਬਰਤਨਾਂ ਦੀ ਸੇਵਾ ਕਰ ਰਹੇ ਨੇ, ਸੇਵਾ ਕਰਦਿਆਂ ਕਰਦਿਆਂ ਵੱਡਾ ਸਾਰਾ ਬਾਟਾ ਬਾਬਾ ਜੀ ਦੇ ਹੱਥ ਆ ਗਿਆ। ਬਾਬਾ ਜੀ ਬਾਟੇ ਨੂੰ ਮਾਂਜਦੇ ਨੇ, ਆਪਣੇ ਚਿਹਰੇ ਅੱਗੇ ਕਰਦੇ ਨੇ ਬਾਬਾ ਜੀ, ਫਿਰ ਬਾਟੇ ਨੂੰ ਮਾਂਜਦੇ ਨੇ, ਫਿਰ ਆਪਣੇ ਚਿਹਰੇ ਦੇ ਅੱਗੇ ਕਰਦੇ ਨੇ। ਬਾਟਾ ਲਿਸ਼ਕਦਾ ਹੈ, ਚਮਕਦਾ ਹੈ। 10 ਮਿੰਟ ਬੀਤੇ, 20 ਮਿੰਟ ਬੀਤੇ, ਬਾਬਾ ਜੀ ਬਾਟਾ ਮਾਂਜੀ ਜਾ ਰਹੇ ਨੇ। ਇਹਨਾਂ ਨੂੰ ਟਹਿਲਦਿਆਂ ਟਹਿਲਦਿਆਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਉਸ ਜਗ੍ਹਾ 'ਤੇ ਆ ਗਏ ਜਿੱਥੇ ਬਾਬਾ ਜੀ ਸੇਵਾ ਕਰ ਰਹੇ ਨੇ। ਬੜੇ ਪਿਆਰ ਦੇ ਨਾਲ ਗੁਰੂ ਗੋਬਿੰਦ ਸਿੰਘ ਨੇ ਪਿੱਛੋਂ ਆਵਾਜ਼ ਦਿੱਤੀ, ਕੀ ਆਖਿਆ, ਉਹ ਭਾਈ ਦੀਪ ਸਿੰਘ ਜੀ, ਪੁੱਤਰ ਜੀ ਕੀ ਪਏ ਕਰਦੇ ਹੋ? ਵੇਖਿਆ ਮੇਰੇ ਸਤਿਗੁਰ ਦੀ ਆਵਾਜ਼, ਮੇਰੇ ਮਾਲਕ ਦੀ ਆਵਾਜ਼, ਇੱਕਦਮ ਪਿੱਛੇ ਘੁੰਮੇ, ਹੱਥਾਂ 'ਤੇ ਸੇਵਾ ਲੱਗੀ ਹੈ, ਦੋਵੇਂ ਹੱਥ ਜੁੜ ਕੇ ਨਮਸਕਾਰ ਕੀਤੀ, ਫਤਿਹ ਬੁਲਾਈ, ਸਤਿਗੁਰ ਮੇਰੀਆਂ ਭੁੱਲਾਂ ਬਖਸ਼ ਲਏ, ਮੈਂ ਤੁਹਾਨੂੰ ਵੇਖਿਆ ਨਹੀਂ। ਉਹ ਦੀਪ ਪੁੱਤਰ ਕੀ ਪਿਆ ਕਰਦਾ? ਸਤਿਗੁਰੂ ਤੁਹਾਡੀ ਕਿਰਪਾ ਨਾਲ ਮਨ ਪਿਆ ਮਾਂਜਦਾ। ਸਾਰੀ ਸੰਗਤ ਹੈਰਾਨ ਹੋ ਗਈ, ਸੇਵਾ ਕਰਨ ਵਾਲੇ ਹੈਰਾਨ ਹੋ ਗਏ, ਕਹਿੰਦੇ ਬਾਬਾ ਜੀ ਭਾਂਡਿਆਂ ਨੂੰ ਮਾਂਜਦੇ ਪਏ ਨੇ, ਇਹ ਕਹਿੰਦੇ ਮਨ ਪਿਆ ਮਾਂਜਦਾ। ਉਹ ਘਰਾਂ 'ਚ ਭਾਂਡੇ ਮਾਂਜੇ ਨੇ, ਗੁਰੂ ਘਰ ਜਾ ਕੇ ਭਾਂਡੇ ਮਾਂਜੀਦੇ ਨੇ, ਮਾਂਜਿਆ ਵੇਖਿਆ ਵੀ ਹੈ, ਪਰ ਇਹ ਮਨ ਕਿਵੇਂ ਮਾਂਜਿਆ ਜਾਂਦਾ ਹੈ? ਸਤਿਗੁਰੂ ਫਿਰ ਆਖਣ ਲੱਗੇ, ਕਹਿੰਦੇ ਦੀਪ ਪੁੱਤਰ ਤੈਨੂੰ ਇਹ ਪੁੱਛਿਆ ਕੀ ਪਿਆ ਕਰਦਾ? ਸਤਿਗੁਰੂ ਤੁਹਾਡੀ ਕਿਰਪਾ ਨਾਲ ਮਨ ਪਿਆ ਮਾਂਜਦਾ। ਉਹ ਪੁੱਤਰ ਦੀਪ ਤੈਨੂੰ ਕਿਵੇਂ ਪਤਾ ਲੱਗੇਗਾ ਜਦੋਂ ਮਨ ਮਾਂਜਿਆ ਗਿਆ? ਸਤਿਗੁਰੂ ਜਿਉਂ ਜਿਉਂ ਬਾਟੇ ਨੂੰ ਮਾਂਜਦਾ ਹਾਂ, ਬਾਟਾ ਚਮਕਦਾ ਹੈ, ਬਾਟਾ ਲਿਸ਼ਕਦਾ ਹੈ, ਚਿਹਰੇ ਅੱਗੇ ਕਰਦਾ, ਇਹਦੇ 'ਚ ਮੈਨੂੰ ਆਪਣੀ ਤਸਵੀਰ ਨਜ਼ਰ ਆਉਂਦੀ ਹੈ। ਪੁੱਤਰ ਤੈਨੂੰ ਇਹ ਪੁੱਛਿਆ ਜਦੋਂ ਤੇਰਾ ਮਨ ਮਾਂਜਿਆ ਗਿਆ ਤੈਨੂੰ ਕਿਵੇਂ ਪਤਾ ਲੱਗੇਗਾ? ਸਤਿਗੁਰੂ ਜਿਉਂ ਜਿਉਂ ਬਾਟੇ ਨੂੰ ਮਾਂਜਦਾ ਹਾਂ, ਬਾਟਾ ਲਿਸ਼ਕਦਾ ਹੈ, ਬਾਟਾ ਚਮਕਦਾ ਹੈ, ਚਿਹਰੇ ਅੱਗੇ ਕਰਦਾ ਹੈ, ਇਹ ਬਾਟੇ 'ਤੇ ਮੈਨੂੰ ਆਪਣੀ ਤਸਵੀਰ ਨਜ਼ਰ ਆਉਂਦੀ ਹੈ। ਉਹ ਪੁੱਤਰ ਤੈਨੂੰ ਇਹ ਪੁੱਛਿਆ ਤੈਨੂੰ ਕਿਵੇਂ ਪਤਾ ਲੱਗੇਗਾ ਜਦੋਂ ਤੇਰਾ ਮਨ ਮਾਂਜਿਆ ਗਿਆ? ਸਤਿਗੁਰੂ ਤੁਹਾਡੀ ਕਿਰਪਾ ਨਾਲ ਜਦੋਂ ਬਾਟੇ ਨੂੰ ਮਾਂਜ ਮਾਂਜ ਕੇ, ਬਾਟੇ ਨੂੰ ਮਾਂਜ ਮਾਂਜ ਕੇ ਇਸ ਬਾਟੇ ਵਿੱਚ ਜਦੋਂ ਮੈਨੂੰ ਮੇਰੀ ਜਗ੍ਹਾ 'ਤੇ ਤੁਹਾਡੇ ਸੋਹਣੇ ਦਾਰੇ ਹੋ ਗਏ ਨਾ, ਮੈਂ ਸਮਝਾਂਗਾ ਮਨ ਮਾਂਜਿਆ ਗਿਆ। ਬੋਲੇ ਸੋ ਨਿਹਾਲ ਸਤ ਸ੍ਰੀ ਅਕਾਲ। ਬਾਟੇ ਨੂੰ ਮਾਂਜ ਮਾਂਜ ਕੇ ਜਦੋਂ ਇਸ ਬਾਟੇ ਵਿੱਚੋਂ ਮੈਨੂੰ ਮੇਰੀ ਜਗ੍ਹਾ ਤੁਹਾਡੇ ਸੋਹਣੇ ਦਿਦਾਰੇ ਹੋ ਗਏ, ਤੁਹਾਡੇ ਸੋਹਣੇ ਦਰਸ਼ਨ ਹੋ ਗਏ, ਮੈਂ ਸਮਝਾਂਗਾ ਮੇਰਾ ਮਨ ਮਾਂਜਿਆ ਗਿਆ। ਪੁੱਤਰ ਇਸ ਅਵਸਥਾ 'ਤੇ ਪਹੁੰਚ ਗਿਆ। ਸਤਿਗੁਰ ਨੇ ਘੁੱਟ ਕੇ ਗੱਲ ਦੇ ਨਾਲ ਲਾ ਲਿਆ। ਅੱਜ ਸਤਿਗੁਰ ਨੇ ਬੜੀਆਂ ਨਿਆਮਤਾਂ ਕੀਤੀਆਂ। ਮੌਤ ਮੈਂ ਜਬ ਆਏ ਸਤਿਗੁਰੂ ਕਤਰੇ ਸੇ ਦਰਿਆ ਕਰ ਦਿਆ, ਨਦਰੇ ਰਹਿਮਤ ਜਿਸ ਪਰ ਪਰੀ ਬੰਦੇ ਸੇ ਖੁਦਾ ਕਰ ਦਿਆ। ਅੱਜ ਬਾਬਾ ਦੀਪ ਸਿੰਘ ਨੂੰ ਕਲਗੀਧਰ ਪ੍ਰੀਤਮ ਨੇ ਖੁਦਾ ਦਾ ਰੂਪ ਬਣਾ ਦਿੱਤਾ, ਖੁਦਾ ਦਾ ਰੂਪ। ਐਵੇਂ ਨੇ ਝੋਲੀਆਂ ਭਰੀ ਜਾ ਰਹੇ ਨੇ ਹਰ ਕਦੀਆਂ, ਅਕਿਰਤ ਘਣਾ ਦੀਆਂ ਵੀ ਝੋਲੀਆਂ ਭਰਦੇ ਨੇ ਬਾਬਾ ਦੀਪ ਸਿੰਘ ਜੀ। ਬਹੁਤ ਹੀ ਦਿਆਲੂ ਨੇ ਧੰਨ ਬਾਬਾ ਦੀਪ ਸਿੰਘ ਜੀ। ਬੜੀਆਂ ਖੁਸ਼ੀਆਂ ਲਈਆਂ ਬਾਬਾ ਦੀਪ ਸਿੰਘ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੀਆਂ, ਗੁਰੂ ਰਾਮਦਾਸ ਪਿਤਾ ਜੀ ਦੀਆਂ। ਅੱਜ ਉਹ ਬਾਬਾ ਜੀ ਦਾ ਤੁਸੀਂ ਆਗਮਨ ਦਿਹਾੜਾ ਮਨਾ ਰਹੇ ਹੋ। ਬਾਬਾ ਜੀ ਕਿਰਪਾ ਕਰਨ, ਬਖਸ਼ਿਸ਼ ਕਰਨ, ਕਿਉਂ ਬਾਬਾ ਜੀ ਅਕਿਰਤ ਘਣਾ ਨੂੰ ਪਾਲਦੇ ਨੇ, ਅਕਿਰਤ ਘਣਾ ਦੀਆਂ ਝੋਲੀਆਂ ਭਰਦੇ ਨੇ, ਸਾਡੇ ਸਾਰੀਆਂ ਝੋਲੀਆਂ ਬਾਬਾ ਦੀਪ ਸਿੰਘ ਆਪ ਭਰਨ। ਦਾਸ ਦੀਆਂ ਭੁੱਲਾਂ ਬਖਸ਼ੋ ਜੀ, ਜੇ ਬਖਸ਼ਦੇ ਹੋ ਦਿਓ ਅਸੀਸ, ਪਰਵਾਨੋ ਫਤਿਹ, ਪਿਆਰ ਵਿੱਚ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹੋਰ ਬੇਨਤੀ ਸੁਣ ਲਓ, ਸਾਡਾ ਗੁਰਚਰਨ ਨੇ ਇਹ ਕਥਾ ਕਰਦਾ, ਸਭ ਨੂੰ ਪਤਾ ਖਲੋਜਾ ਭਾਈ, ਇਹ ਕਥਾ ਕਰਦਾ ਸਭ ਨੂੰ ਪਤਾ,
ਤੇ ਅੱਜ ਤੋਂ ਜੋ ਮਹਾਰਾਜ ਜੀ ਦੀ ਕਿਰਪਾ ਨਾਲ ਪਹਿਲੇ ਇੱਥੇ ਕਥਾ ਕਰਦਾ ਸੀ ਤੇ ਫਿਰ ਮੈਂ ਇਹਨੂੰ ਇਹ ਚੀਜ਼ ਕਹੀ, ਮੈਂ ਕਿਹਾ ਹੁਣ ਬਾਹਰ ਵੀ ਵਿਚਰੋ ਜਿਹੜੀਆਂ ਸੰਗਤਾਂ ਲਾਈਵ ਵੀ ਸੁਣਦੀਆਂ ਨੇ, ਕੈਮਰਾ ਘੁਮਾ ਦਿਆ ਕਰੋ ਯਾਰ, ਘੁੰਮ ਗਿਆ ਚੱਲਦੇ ਆ। ਤੇ ਇਹ ਜਿਹੜੀਆਂ ਸੰਗਤਾਂ ਲਾਈਵ ਵੀ ਸੁਣਦੀਆਂ ਨੇ, ਇਹ ਸ਼ਨੀ ਦੀ ਰਾਤ ਤੇ ਐਤ ਦਾ ਦਿਨ, ਇਹਨੂੰ ਮੈਂ ਕਿਹਾ ਦੋ ਦਿਨ ਇੱਦਾਂ ਪ੍ਰਚਾਰ ਵਾਸਤੇ ਕੱਢੇ ਦਿਆ ਕਰ, ਬਾਕੀ ਦਿਨ ਇੱਥੇ ਡਿਊਟੀਆਂ ਨਿਭਾਵੇ, ਸੇਵਾਵਾਂ ਕਰੇ, ਦੋ ਦਿਨ ਪ੍ਰਚਾਰ ਤੇ। ਤੇ ਇਹ ਸਾਰੀਆਂ ਸੰਗਤਾਂ ਨੂੰ ਬੇਨਤੀ ਕਰਦੇ ਕਿ ਜਕਾਰੇ ਰਾਹੀਂ ਇਹਨੂੰ ਅਸੀਸ ਦੇ ਦਿਓ, ਟਰੱਸਟ ਵੱਲੋਂ ਜਿੱਥੇ ਜਿੱਥੇ ਵੀ ਫਿਰ ਇਹ ਸੰਗਤਾਂ ਇਹਨੂੰ ਬੁਲਾਉਣਗੀਆਂ, ਜੋ ਸੇਵਾ ਦਓਗੇ ਉਹ ਫਿਰ ਸਾਰੀਆਂ ਸੰਗਤਾਂ ਜੋ ਤੁਸੀਂ ਇਹਨਾਂ ਨੂੰ ਕਿਣਕਾ ਕਿਣਕਾ ਉਹ ਟਰੱਸਟ ਵਿੱਚ ਲਿਆ ਕੇ ਸਾਰੀ ਸੇਵਾ ਜੋ ਹਾਜ਼ਰੀ ਲਾਇਆ ਕਰੇਗਾ। ਇਹ ਗੁਰਚਰਨ ਸਿੰਘ, ਨੰਬਰ ਵੀ ਇਹਦਾ 98-765-2587, ਨੰਬਰ ਵੀ ਇਹਦਾ 98-765-2587। ਮੈਂ ਬੋਲ ਦਿੰਦਾ, ਇਹ ਸਭ ਨੂੰ ਬੇਨਤੀ ਹੈ ਇੱਕ ਜਕਾਰਾ ਲਾ ਕੇ ਅਸੀਸ ਦੇ ਦਿਓ। ਸੋ ਚਲੋ ਬਾਬਾ ਮਿਹਰ ਕਰੇ।